ਸ਼ਾਂਤੀ ਟ੍ਰੈਫਿਕ ਪੁਲਿਸ ਨਾਲ ਸੀਗੀ, ਉਹ ਕੋਈ ਮੋਟਰਸਾਈਕਲ ਦਾ ਜਿਹੜਾ ਹੁੰਦਾ ਉਹ ਜੁਗਾੜੀ ਜਿਹਾ ਲਾਇਆ ਹੋਇਆ, ਉਹਨੇ ਅਚਾਨਕ ਟਰਨ ਕੀਤਾ, ਮੇਰੀ ਗੱਡੀ ਅੱਗੇ ਸੀ, ਪਿਛਲੀ ਗੱਡੀ 'ਚ ਬੈਠੇ ਹੋਏ ਸੀ, ਪਿਛਲੀ ਗੱਡੀ ਦਾ ਉਹਦੇ ਨਾਲ ਟੱਕਰ ਹੋ ਕੇ ਅਤੇ ਪੇਟ 'ਚ ਲੱਗ ਗਈ ਨੀਚੇ ਉੱਤਰ। ਕਿੱਥੇ ਐਕਸੀਡੈਂਟ ਹੋਇਆ? ਲਾਧੂਗਾ ਦੇ ਕੋਲ। ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਦੋ, ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ, ਉਹ ਐਕਸਪਾਇਰ ਹੋ ਗਿਆ ਉਸ ਗੱਡੀ 'ਚੋਂ ਸੀ, ਪਲੱਸ ਇੱਕ ਡਰਾਈਵਰ ਸੀਗਾ ਏਡੀਸੀ ਜਨਰਲ ਦਾ, ਉਹ ਐਕਸਪਾਇਰ ਹੋ ਗਿਆ। ਟੋਟਲ ਕਿੰਨੇ ਜਣੇ ਸੀਗੇ? 4 ਜਣੇ ਸੀਗੇ। ਹੋਰ ਵੀ ਕੋਈ ਇਸ ਤੋਂ ਇਲਾਵਾ? ਨਹੀਂ, ਬਾਕੀ ਦੇਖੋ, ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ, ਬਹੁਤ ਜ਼ਿਆਦਾ ਧੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ, ਔਰ ਪਿੰਡਾਂ ਦੇ ਵਿੱਚ ਤਾਂ ਧੁੰਦ ਹੋਣੀ ਹੈ ਕਿਉਂਕਿ ਖੇਤਾਂ ਦੇ ਵਿੱਚ ਧੁੰਦ ਹੋ ਜਿਵੇਂ ਹੁੰਦਾ, ਔਰ ਬੜੀ ਹੀ ਦੁੱਖਦਾਈ ਜਿਹੜੀ ਘਟਨਾ ਵਾਪਰੀ ਹੈ। ਜਿਹੜਾ ਸਾਡੇ RTA ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਔਰ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਕਿਸੇ ਚੀਜ਼ ਦੇ ਵਿੱਚ, ਕਿਸੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਹੈ ਗੱਡੀ ਸੜਕ ਤੋਂ ਥੱਲੇ ਉੱਤਰ ਕੇ ਜਿਹੜਾ ਸ਼ਪੈਦਾ ਹੁੰਦਾ ਉਹਦੇ ਵਿੱਚ ਵੱਜੀ, ਜਿਹਦੇ ਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ, ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਦੇ ਪੁਲਿਸ ਦੇ ਜਿਹੜੇ ਮੁਲਾਜ਼ਮ, ਡੈਥ ਹੋ ਚੁੱਕੀ ਹੈ, ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹਨਾਂ ਉਹ ਵੀ ਘਾਇਲ ਹੋਏ ਨੇ, ਉਹਨਾਂ ਦਾ ਇਲਾਜ ਜਿਹੜਾ ਸਰਕਾਰੀ ਹਸਪਤਾਲ ਫਾਜ਼ਿਲਕਾ ਕਰਕੇ ਚੱਲ ਰਿਹਾ। ਬੜਾ ਹੀ ਜਿਹੜੀ ਦੁੱਖਦਾਈ ਘਟਨਾ ਹੈ, ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ, ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ, ਠੰਡ ਬਹੁਤ ਜ਼ਿਆਦਾ, ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕਰੋ, ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰੋਂ ਨਾ ਨਿਕਲਿਆ ਜਾਵੇ, ਕਿਉਂਕਿ ਆਹ ਜਿਹੜਾ ਰੈੱਡ ਅਲਰਟ ਸਰਕਾਰ ਵੱਲੋਂ ਵੀ ਘੋਸ਼ਿਤ ਕੀਤਾ ਹੋਇਆ, ਆਪਾਂ ਦੇਖ ਰਹੇ ਹੁਣ ਆਪਣੇ ਵੀ ਬਾਹਰ ਕਿੰਨੀ ਧੁੰਦ ਜ਼ਿਆਦਾ ਹੈ, ਕੁਝ ਦਿਨ ਜਿਹੜੇ ਇਹ ਧੁੰਦ ਦਾ ਰਹਿਣਾ, ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾਂ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ, ਘਰਾਂ ਦੇ ਵਿੱਚ ਰਿਹਾ ਜਾਵੇ।
ਉਹਨਾਂ ਆਪ ਅੱਗੇ ਫੜ ਕਰ। ਅੱਛਾ ਇੱਥੇ ਕੀ ਗੱਲ ਹੋਈ ਏ? ਇਹ ਘੰਟਾ ਪਹਿਲਾਂ ਜਿਹੜਾ ਐਕਸੀਡੈਂਟ ਹੋਇਆ ਲਾਧੂਗਾ ਅੱਡੇ ਦੇ ਲਾਗੇ, ਉਹਦੇ 'ਚ ਜਿਹੜਾ ਦੋ ਜਿਹੜੇ ਵਿਅਕਤੀ ਹੈ ਉਹਨਾਂ ਦੀ ਮੌਤ ਹੋ ਗਈ। ਉਹਦੇ 'ਚ ਇੱਕ ਦੋ ਮੁਲਾਜ਼ਮ ਹੀ ਹੈ, ਇੱਕ ਟ੍ਰੈਫਿਕ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਦੇਸ਼ਰਾਜ, ਔਰ ਇੱਕ ਆਰ ਟੀ ਓ ਸਾਹਿਬ ਦਾ ਡਰਾਈਵਰ ਹੈ। ਉਹਨਾਂ ਦੀ ਜਿਹੜੀ ਮੌਕੇ 'ਤੇ ਜਿਹੜੀ ਡੈਥ ਹੋ ਗਈ, ਔਰ ਦੋ ਜਿਹੜੇ ਹੈ ਲੜਕੇ ਹੈ ਉਹ ਗੰਭੀਰ ਰੂਪ 'ਤੇ ਜਿਹੜੇ ਜ਼ਖਮੀ ਹੋਏ ਉਹ ਜਿਹੜੇ ਜ਼ੇਰੇ ਇਲਾਜ ਹੈ। ਬਹੁਤ ਜਿਹੜੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਇਹ ਹੋਈ ਕਿੱਥੇ ਜੀ, ਕੋਈ ਪਤਾ ਲੱਗਿਆ? ਇਹ ਲਾਧੂਗਾ ਅੱਡੇ ਤੋਂ ਪਿੱਛੇ ਹੀ ਕਰਕੇ ਥੋੜ੍ਹੀ ਜਿਹੀ ਘਟਨਾ। ਸਾਨੂੰ ਤਾਂ ਫੋਨ ਗਿਆ ਅੱਧਾ ਪੌਣਾ ਘੰਟਾ ਪਹਿਲਾਂ ਵੀ, ਇਸ ਤਰ੍ਹਾਂ ਜਿਹੜੀ ਅਣਹੋਣੀ ਘਟਨਾ ਜਿਹੜੀ ਵਾਪਰ ਗਈ। ਸੋ ਬਹੁਤ ਦੁੱਖ ਹੋਇਆ ਜਿਹੜੇ ਦੋ ਵਿਅਕਤੀਆਂ ਦੀ ਜਿਹੜੀ ਮੌਤ ਹੋ ਗਈ ਉਹਦੇ 'ਚ। ਜੀ ਇਹ ਕਿੰਨੇ 'ਤੇ ਆ ਰਹੇ ਸੀ, ਕੋਈ ਪਤਾ ਲੱਗਿਆ ਕਿਵੇਂ ਵੱਜੇ ਕਿਵੇਂ ਨੇ, ਕੋਈ ਅੰਦਾਜ਼ਾ? ਇਹ ਕੋਈ ਟਰਾਲੀ ਸੀਗੀ, ਮੋਟਰਸਾਈਕਲ ਵਾਲੀ ਟਰਾਲੀ, ਉਹ ਯਕਦਮ ਮੋੜਨ ਲੱਗਿਆ, ਉਹਦੇ ਨਾਲ ਗੱਡੀ ਇਹਨਾਂ ਦੀ ਟਕਰਾ ਗਈ। ਇਹਨਾਂ ਤੋਂ ਅੱਗੇ ਸੀਗੀ ਆਰ ਟੀ ਓ ਸਾਹਿਬ ਦੀ, ਐਸ ਡੀ ਐਮ ਸਾਹਿਬ ਵੀ ਹੋਇਆ, ਅਰੋੜਾ ਸਾਹਿਬ ਦੀ ਗੱਡੀ ਸੀਗੀ ਮੌਕੇ 'ਤੇ, ਇਹਨਾਂ ਦੀ ਗੱਡੀ ਜਿਹੜੀ ਇਹ ਚਾਰ ਵਿਅਕਤੀ ਸਵਾਰ ਸੀਗੇ। ਹਾਂ, ਚਾਰ ਵਿਅਕਤੀ ਸਵਾਰ ਅਤੇ ਹੁਣ ਟੋਟਲ ਪੰਜ ਵਿਅਕਤੀ ਸਵਾਰ ਸੀ, ਜਿਨ੍ਹਾਂ 'ਚੋਂ ਇੱਕ ਜਿਹੜਾ ਵਿਅਕਤੀ ਬਿਲਕੁਲ ਠੀਕ ਹੈ, ਚਾਰ ਜਿਹੜੇ ਆ ਦੋ ਗੰਭੀਰ ਰੂਪ 'ਚ ਜ਼ਖਮੀ ਹੋਏ ਆ, ਔਰ ਦੋ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਇਲਾਜ ਚੱਲ ਰਿਹਾ ਜੀ? ਇਲਾਜ ਚੱਲ ਰਿਹਾ ਉਹਦਾ। ਮੌਕੇ 'ਤੇ ਐੱਮ ਐੱਲ ਏ ਫਾਜ਼ਿਲਕਾ ਵੀ ਜਿਹੜੇ ਪਹੁੰਚੇ ਆ, ਡਾਕਟਰ ਸਾਹਿਬ ਦੀ ਪੂਰੀ ਟੀਮ ਜਿਹੜਾ ਉਹਨਾਂ ਦੇ ਜਿਹੜਾ ਵਧੀਆ ਟ੍ਰੀਟਮੈਂਟ ਜਿਹੜਾ। ਕੀ ਕਹੋਗੇ ਆਮ ਜਨਤਾ ਨੂੰ, ਜਿਵੇਂ ਹੁਣ ਧੁੰਦ ਜ਼ਿਆਦਾ ਹੈ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਆਮ ਜਨਤਾ ਨੂੰ ਵੀ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਿਆ ਜਾਵੇ, ਜੇ ਜਮ੍ਹਾਂ ਜ਼ਰੂਰੀ ਕੰਮ ਹੈ ਤਾਂ ਫਿਰ ਜਿਹੜਾ ਘਰ ਤੋਂ ਬਾਹਰ ਨਿਕਲਿਆ ਜਾਵੇ, ਅਦਰਵਾਈਜ਼ ਜਿਹੜਾ ਗੁਰੇਜ਼ ਕੀਤਾ ਜਾਵੇ ਘਰ ਤੋਂ ਨਿਕਲਣ ਤੋਂ, ਕਿਉਂਕਿ ਸੰਘਣੀ ਧੁੰਦ ਹੈ, ਧੁੰਦ ਕਰਕੇ ਕਾਫੀ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰਨੀਆਂ। ਸਰ ਇਹ ਕਿਵੇਂ ਹੋਇਆ ਹਾਦਸਾ? ਜੀ ਸਰਪੰਚ ਸਾਹਿਬ ਕੀ ਗੱਲ ਹੋਈ ਹੈ? ਇਹ ਐਕਸੀਡੈਂਟ ਹੋਇਆ ਜੀ, ਮੇਰੇ ਮਾਮਾ ਜੀ ਦਾ ਮੁਲਾਜ਼ਮ ਸੀਗੇ ਹੋਮ ਗਾਰਡ 'ਚ ਜੀ, ਕਾਫੀ ਸਮੇਂ ਤੋਂ ਡਿਊਟੀ ਕਰ ਰਹੇ ਸੀ ਸਜਰਾਣਾ ਪਿੰਡ ਤੋਂ ਦੇਸਰਾਜ, ਅਤੇ ਅੱਜ ਕਿਤੇ ਲਾਧੂਗਾ ਸਾਈਡ 'ਤੇ ਡਿਊਟੀ ਕਰ ਰਹੇ ਸੀ, ਉੱਥੇ ਐਕਸੀਡੈਂਟ ਹੋ ਗਿਆ ਜੀ ਇਹਨਾਂ ਦਾ। ਕਿਹਦੇ ਨਾਲ ਐਕਸੀਡੈਂਟ ਹੋ ਗਿਆ ਪਤਾ ਲੱਗਿਆ? ਨਹੀਂ, ਇਹ ਕੋਈ ਜਾਣਕਾਰੀ ਨਹੀਂ ਮਿਲੀ ਜੀ। ਜੀ
ਇੱਥੇ ਜਿਹੜੇ ਮੁਲਾਜ਼ਮ ਨਾਲ ਹੈਗੇ ਸੀ ਉਹਨਾਂ ਤੋਂ ਥੋੜੀ ਸਾਨੂੰ ਜਾਣਕਾਰੀ ਮਿਲੇਗੀ। ਡਿਊਟੀ ਤੇ ਸੀਗੇ? ਹਾਂਜੀ, ਡਿਊਟੀ ਦੌਰਾਨ ਹੋਈ ਜੀ। ਜੀ ਕਿੱਥੇ ਐਕਸੀਡੈਂਟ? ਕਿੱਥੇ ਹੋਇਆ? ਲਾਦੂਕਾ ਸਾਈਡ ਤੇ, ਲਾਦੂਕਾ ਦੇ ਅੱਡੇ ਦੇ ਨੇੜੇ ਤੇ। ਅੱਛਾ, ਉੱਥੇ ਐਕਸੀਡੈਂਟ। ਕੀ ਨਾਂ ਸੀ? ਦੇਸਰਾ ਜੀ, ਸਜਰਾਣਾ ਪਿੰਡ। ਸਜਰਾਣਾ ਪਿੰਡ ਗਾਰਡ ਚ ਮੁਲਾਜ਼ਮ ਸੀਗੇ ਜੀ। ਕਿੰਨੀ ਉਮਰ ਕਿੰਨੀ ਸੀ ਉਹਨਾਂ ਦੀ? ਉਮਰ ਤਕਰੀਬਨ 60 ਸਾਲ ਸਰ। ਅੱਛਾ, ਕਿੰਨੇ ਬੱਚੇ? ਕਿੰਨੇ ਉਹਨਾਂ ਦੇ ਬੱਚੇ? ਦੋ ਆ ਜੀ, ਇੱਕ ਮੇਰੇ ਨਾਲ ਖੜਾ ਅਮਨ ਜੀ, ਇੱਕ ਬੇਟੀ ਹੈ ਜੀ। ਤੁਹਾਡਾ ਕੀ ਨਾਂ? ਰਾਜ ਕੁਮਾਰ ਸਰਪੰਚ, ਸਜਰਾਣਾ ਤੋਂ।